ਕੈਲੀਫੋਰਨੀਆ ਦੀ ਰੀਡਲੇ ਵਿੱਚ ਤੇ ਡੁੱਬ ਰਹੇ ਤਿੰਨ ਬੱਚਿਆਂ ਨੂੰ ਬਚਾਉਂਦਿਆਂ ਸਿੱਖ ਨੌਜਵਾਨ ਮਨਜੀਤ ਸਿੰਘ ਦੀ ਡੁੱਬਣ ਨਾਲ ਮੌਤ ਹੋ ਗਈ ਹੈ। ਇਸ ਦੁਖਦਾਈ ਖਬਰ ਨਾਲ ਅਮਰੀਕਾ ਸਮੇਤ ਪੂਰਾ ਸਿੱਖ ਭਾਈਚਾਰਾ ਗਮਜਦਾ ਹੈ। ਇਹ ਘਟਨਾ ਬੁੱਧਵਾਰ ਸ਼ਾਮ ਦੀ ਹੈ ਪਰ 29 ਵਰਿਆਂ ਦੇ ਮਨਜੀਤ ਸਿੰਘ ਦੀ ਹੁਣ ਪਛਾਣ ਹੋਈ ਹੈ। ਪ੍ਰਿਜ਼ਨੋਂ ਚ ਰਹਿ ਰਿਹਾ ਮਨਜੀਤ ਸਿੰਘ ਯੂਐਸਏ 2 ਸਾਲ ਪਹਿਲਾਂ ਹੀ ਆਇਆ ਸੀ। ਪ੍ਰਿਜ਼ਨੋਂ ਮੂਵ ਹੋ ਮਨਜੀਤ ਸਿੰਘ ਨੇ ਆਪਣਾ ਟਰੱਕਿੰਗ ਦਾ ਬਿਜ਼ਨਸ ਸ਼ੁਰੂ ਕੀਤਾ ਸੀ। ਉਸਨੇ ਟਰੱਕ ਡਰਾਈਵਿੰਗ ਸਕੂਲ ਸ਼ੁਰੂ ਕੀਤਾ ਤੇ ਟ੍ਰੇਨਿੰਗ ਤੋਂ ਵਿਹਲਾ ਹੋ ਥੋੜੇ ਫਰਸਤ ਦੇ ਪਲਾਂ ਵਿੱਚ ਕਿੰਗਸ ਰਿਵਰ ਆਪਣੇ ਇੱਕ ਰਿਸ਼ਤੇਦ ਦੇਦਾਰ ਦੇ ਨਾਲ ਆਇਆ ਸੀ ਪਰ ਇਸ ਦਰਮਿਆਨ ਉਸਨੇ ਕੁਝ ਬੱਚੇ ਡੁੱਬਦੇ ਵੇਖੇ ਤਾਂ ਵੱਡੇ ਹੌਸਲੇ ਵਾਲੇ ਇਸ ਸਿੱਖ ਨੌਜਵਾਨ ਤੋਰਿਆ ਨਾ ਗਿਆ ਉਸਨੇ ਡੂੰਘੇ ਪਾਣੀ ਵਿੱਚ ਛਲਾਂਗ ਮਾਰ ਦਿੱਤੀ ਪਰ ਛਾਲ ਮਾਰਨ ਤੋਂ ਬਾਅਦ ਉਹ ਵਾਪਸ ਨਹੀਂ ਆਇਆ ਉੱਥੇ ਖੜੇ ਹੋਏ ਲੋਕਾਂ ਨੇ ਪਹੁੰਚ ਕੇ ਬੱਚਿਆਂ ਨੂੰ ਬਾਹਰ ਕੱਢਿਆ ਪਰ ਮਨਜੀਤ ਸਿੰਘ ਡੂੰਘੇ ਪਾਣੀ ਵਿੱਚ ਡੁੱਬ ਗਿਆ ਹਾਲਾਂਕਿ ਬਚਾਅ ਕੰਮ ਤੁਰੰਤ ਜਾਰੀ ਕਰ ਦਿੱਤੇ ਗਏ ਪਰ ਮਨਜੀਤ ਸਿੰਘ ਨੂੰ ਪਾਣੀ ਚੋਂ ਕੱਢਣ ਲਈ 40 ਮਿੰਟ ਲੱਗਾ ਕਿਨਾਰੇ ਦੇ ਨੇੜੇ ਹੀ ਇੱਕ ਝਾੜੀ ਦੇ ਕੋਲੋਂ ਉਸਦੀ ਮ੍ਰਿਤਕ ਦੇ ਮਿਲੀ ਇਸ ਹਾਦਸੇ ਵਿੱਚ 8 ਸਾਲ ਦੀ ਬੱਚੀ ਜੋ ਬਚੀ ਹੈ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਇਲਾਜ ਹੈ ਰੀਰਲੀ ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਵਿੱਚ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਹੁੰਦਾ ਹੈ ਡੁੱਬ ਰਹੇ ਤਿੰਨੋਂ ਬੱਚੇ ਮੈਕਸੀਕੋ ਨਾਲ ਸਬੰਧਤ ਸਨ ਜਾਣਕਾਰੀ ਮੁਤਾਬਕ ਤਿੰਨ ਬੱਚੇ ਰਿਵਰ ਵਿੱਚੋਂ ਮਦਦ ਲਈ ਪੁਕਾਰ ਕਰ ਰਹੇ ਸਨ ਅਤੇ ਮਨਜੀਤ ਸਿੰਘ ਨੇ ਨਦੀ ਹਾਲ ਦੁਹਾਈ ਸੁਣ ਕੇ ਕਿੰਗਜ਼ ਰਿਵਰ ਵਿੱਚ ਛਾਲ ਮਾਰ ਦਿੱਤੀ ਦੋ ਬੱਚਿਆਂ ਨੂੰ ਇਸਨੇ ਸੁਰੱਖਿਤ ਬਾਹਰ ਕੱਢ ਲਿਆ ਅਤੇ ਤੀਜੇ ਨੂੰ ਲੱਭਦਾ ਹੋਇਆ ਖੁਦ ਡੁੱਬ ਗਿਆ ਤੀਜਾ ਬੱਚਾ 15 ਮਿੰਟ ਬਾਅਦ ਲੱਭਾ ਜਿਹੜਾ ਵੈਲੀ ਚਿਲਡਰਨਜ਼ ਹਸਪਤਾਲ ਵਿੱਚ ਮੌਤ ਨਾਲ ਲੜਾਈ ਲੜ ਰਿਹਾ ਹੈ ਮਨਜੀਤ ਸਿੰਘ 2 ਸਾਲ ਪਹਿਲਾਂ ਹੀ ਭਾਰਤ ਤੋਂ ਅਮਰੀਕਾ ਆਇਆ ਸੀ ਤੇ ਹਾਲ ਹੀ ਵਿੱਚ ਫ੍ਰਿਜਰੋ ਦੇ ਟਰੱਕ ਡਰਾਈਵਿੰਗ ਸਕੂਲ ਤੋਂ ਟਰੱਕ ਦਾ ਲਾਇਸੈਂਸ ਲੈਣ ਲਈ ਕਲਾਸਾਂ ਲਾ ਰਿਹਾ ਸੀ ਮਨਜੀਤ ਸਿੰਘ ਦੀ ਮੌਤ ਕਾਰਨ ਜਿੱਥੇ ਪੰਜਾਬੀ ਪਾਈਚਾਰਾ ਸੋਗ ਵਿੱਚ ਡੁੱਬਿਆ ਹੋਇਆ ਹੈ ਉੱਥੇ ਹੀ ਮਨਜੀਤ ਦੇ ਕਾਰਨਾਮੇ ਦੀ ਗੋਰੇ ਵੀ ਸਿਫਤ ਕਰ ਰਹੇ ਹਨ ਅਤੇ ਮਨਜੀਤ ਸਿੰਘ ਨੇ ਆਪਣੀ ਜਾਨ ਦਾ ਨਾਮ ਅਮਰੀਕਨ ਪਾਈਚਾਰੇ ਵਿੱਚ ਉੱਚਾ ਕੀਤਾ ਹੈ ਆਪਣੀ jaan ਦੀ ਪਰਵਾਹ ਨਾ ਕਰਦਿਆਂ ਇਹ ਸਿੱਖ ਨੌਜਵਾਨ ਡੂੰਘੇ ਪਾਣੀ ਵਿੱਚ ਉਤਰ ਗਿਆ ਪੰਜਾਬ ਤੋਂ ਅਮਰੀਕਾ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਆਇਆ ਮਨਜੀਤ ਸਿੰਘ ਆਪਣੇ ਮਿਹਨਤੀ ਸੁਭਾ ਕਰਕੇ ਚੰਗਾ ਮੁਕਾਮ ਹਾਸਲ ਕਰ ਰਿਹਾ ਸੀ ਪਰ ਤਿੰਨ ਮਾਸੂਮ ਬੱਚਿਆਂ ਦੀ ਜਾਨ ਬਚਾਉਣ ਲਈ ਉਸਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਹ ਬੇਸ਼ੱਕ ਅੱਜ ਇਸ ਦੁਨੀਆ ਤੋਂ ਸਦਾ ਲਈ ਚਲਾ ਗਿਆ ਪਰ ਉਸ ਦੀ ਇਸ ਬਹਾਦਰੀ ਦਾ ਅੱਜ ਹਰ ਕੋਈ ਕਾਇਲ ਹੈ ਵਿਦੇਸ਼ ਵਿੱਚ ਉਸਨੇ ਸਿੱਖ ਪਾਈਚਾਰੇ ਦਾ ਨਾਮ ਉੱਚਾ ਕੀਤਾ ਹੈ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ